ਤੁਸੀਂ ਦੇਖ ਲਓ ਵੀ 24 ਘੰਟੇ ਹੁੰਦੇ ਆ ਦਿਨ ਰਾਤ 'ਚ, ਮੈਂ 2-3 ਘੰਟੇ ਸੱਤਾਂ, 2 ਮਹੀਨੇ ਲੱਗਦਾ ਤਕਰੀਬਨ ਅਬਾਊਟ ਕੀਤਾ, ਅਤੇ ਰਾਤ ਦਿਨ ਇੱਕ ਕੀਤਾ। ਵਾਕਿਆ ਜੇ ਕੋਈ ਹੋਰ ਹੁੰਦਾ ਹਫ਼ਤੇ ਕੁ ਬਾਅਦ ਭੱਜ ਜਾਂਦਾ, ਲੇਕਿਨ ਸ਼ੁਕਰ ਆ ਮਾਲਕ ਦਾ ਕਿ ਮੈਂ ਲੱਗਾ ਰਿਹਾ ਅਤੇ ਬਸ ਇਸ ਤਰ੍ਹਾਂ ਚੱਲੀ ਜਾ ਰਿਹਾ। ਉਦੋਂ ਵੀ ਮੈਂ ਮੁਹੱਬਤ ਦੀ ਗੱਲ ਕਰਦਾ ਸੀ, ਹਾਲਾਂਕਿ ਪੋਲੀਟਿਕਸ ਵਿੱਚ ਇਹ ਬਹੁਤ ਜ਼ਿਆਦਾ ਸੂਫੀਜ਼ਮ ਲਈ ਜਗ੍ਹਾ ਨਹੀਂ ਹੈ, ਪਿਆਰ ਲਈ ਜਗ੍ਹਾ ਲਈ ਨਹੀਂ ਹੈ। ਇੱਥੇ ਤਾਨੇਬਾਜ਼ੀ, ਇਲਜ਼ਾਮ ਗੋਈ, ਗਾਲੀ ਗਲੋਚ ਤੱਕ ਜਾਂਦੇ ਨੇ ਲੋਕ, ਲੇਕਿਨ ਮੈਨੂੰ ਮੇਰੇ ਜੋ ਸਤਿਗੁਰਾਂ ਸਿਖਾਇਆ, ਮੇਰੇ ਮੁਰਸ਼ਦ ਪਾਕ, ਮੇਰੇ ਬਾਬਾ ਜੀ ਨੇ, ਉਹਨਾਂ ਨੇ ਕਿਹਾ ਬੇਟਾ ਸਿਰਫ ਪਿਆਰ ਕਰੋ, ਕਦੀ ਜੇ ਕੋਈ ਭੈੜਾ ਬੋਲਦਾ ਵੀ ਹੈ ਤੁਸੀਂ ਨਾ ਅੱਗੋਂ ਰਿਐਕਟ ਕਰੋ। ਕਿ ਜਿੱਦਾਂ ਦਾ ਸਟਰਗਲ ਤੁਸੀਂ ਇਲੈਕਸ਼ਨ ਟਾਈਮ 'ਚ ਫੇਸ ਕੀਤਾ, ਜਿੱਦਾਂ ਦਾ ਸਮਾਂ ਤੁਸੀਂ ਦੇਖਿਆ, ਕੋਈ ਹੋਰ ਹੁੰਦਾ ਤਾਂ ਡੋਲ ਜਾਂਦਾ, ਕੋਈ ਹੋਰ ਹੁੰਦਾ ਤਾਂ ਸ਼ਾਇਦ ਉਹ ਹਾਰ ਜਾਂਦਾ, ਪਰ ਤੁਹਾਡੇ 'ਚ ਇੱਕ ਜਜ਼ਬਾ, ਇੱਕ ਜਨੂਨ, ਇੱਕ ਆਪਣੇ ਕੰਮ ਨੂੰ ਲੈ ਕੇ ਸ਼ਿੱਦਤ, ਇੱਕ ਮਿਹਨਤ, ਰਿਜ਼ਲਟ ਜੋ ਮਰਜ਼ੀ ਨਿਕਲਿਆ ਸਾਨੂੰ ਉਹਦੇ ਨਾਲ ਕੋਈ ਮਾਖਤਾ ਨਹੀਂ, ਉਹ ਲੋਕਾਂ ਦੀ ਜਾਂ ਰੱਬ ਦੀ ਹੈ ਨਾ ਰਜ਼ਾ ਹੋ ਸਕਦੀ ਹੈ, ਬਟ ਤੁਹਾਡੇ ਅੰਦਰ ਇਹ ਹਿੰਮਤ ਕਿਵੇਂ ਆਉਂਦੀ ਹੈ ਜਦੋਂ ਤੁਸੀਂ ਕਿਸੇ ਦੀ ਵੀ ਨਾਂ ਨੂੰ ਤੁਸੀਂ ਐਕਸੈਪਟ ਕਰ ਲੈਂਦੇ ਹੋ ਕਿ ਨਹੀਂ ਰਾਜ਼ੀ ਤਾਂ ਨਹੀਂ ਰਾਜ਼ੀ, ਮੈਂ ਐਕਸੈਪਟ ਕਰਦਾ। ਅੱਜ ਦੇ ਸਮੇਂ ਵਿੱਚ ਇਹੀ ਕਰਨਾ ਬਹੁਤ ਔਖਾ। ਬਸ ਇਹ ਹੈ ਜੀ ਕਿ ਨੇਚਰ ਆ ਅਲੱਗ ਅਲੱਗ ਲੋਕਾਂ ਦੀ। ਮੈਂ ਕਹਿੰਦਾ ਜੇ ਕੰਮ ਪੈ ਜਾਵੇ ਨਾ ਤੁਹਾਡੇ 'ਤੇ, ਅਤੇ ਫਿਰ ਉਹਨੂੰ ਰੂਹ ਨਾ ਕਰੋ, ਫਿਰ ਨੀਂਦ ਅਤੇ ਆਰਾਮ ਨਾਲ ਦੁਸ਼ਮਣੀ ਪਾ ਲਓ, ਸੂਰਜ ਨਾਲ ਸ਼ਰਤ ਲਾ ਲਓ। ਤੁਸੀਂ ਦੇਖ ਲਓ ਵੀ 24 ਘੰਟੇ ਹੁੰਦੇ ਆ ਦਿਨ ਰਾਤ 'ਚ, ਮੈਂ 2-3 ਘੰਟੇ ਸੱਤਾਂ, 2 ਮਹੀਨੇ ਲੱਗਦਾ ਤਕਰੀਬਨ ਅਬਾਊਟ ਕੀਤਾ, ਅਤੇ ਰਾਤ ਦਿਨ ਇੱਕ ਕੀਤਾ। ਵਾਕਿਆ ਜੇ ਕੋਈ ਹੋਰ ਹੁੰਦਾ ਹਫ਼ਤੇ ਕੁ ਬਾਅਦ ਭੱਜ ਜਾਂਦਾ, ਲੇਕਿਨ ਸ਼ੁਕਰ ਆ ਮਾਲਕ ਦਾ ਕਿ ਮੈਂ ਲੱਗਾ ਰਿਹਾ ਅਤੇ ਬਸ ਇਸ ਤਰ੍ਹਾਂ ਚੱਲੀ ਜਾ ਰਿਹਾ। ਉਦੋਂ ਵੀ ਮੈਂ ਮੁਹੱਬਤ ਦੀ ਗੱਲ ਕਰਦਾ ਸੀ, ਹਾਲਾਂਕਿ ਪੋਲੀਟਿਕਸ ਵਿੱਚ ਇਹ ਬਹੁਤ ਜ਼ਿਆਦਾ ਸੂਫੀਜ਼ਮ ਲਈ ਜਗ੍ਹਾ ਨਹੀਂ ਹੈ, ਪਿਆਰ ਲਈ ਜਗ੍ਹਾ ਲਈ ਨਹੀਂ ਹੈ। ਇੱਥੇ ਤਾਨੇਬਾਜ਼ੀ, ਇਲਜ਼ਾਮ ਗੋਈ, ਗਾਲੀ ਗਲੋਚ ਤੱਕ ਜਾਂਦੇ ਨੇ ਲੋਕ, ਲੇਕਿਨ ਮੈਨੂੰ ਮੇਰੇ ਜੋ ਸਤਿਗੁਰਾਂ ਸਿਖਾਇਆ, ਮੇਰੇ ਮੁਰਸ਼ਦ ਪਾਕ, ਮੇਰੇ ਬਾਬਾ ਜੀ ਨੇ, ਉਹਨਾਂ ਨੇ ਕਿਹਾ ਬੇਟਾ ਸਿਰਫ ਪਿਆਰ ਕਰੋ, ਕਦੀ ਜੇ ਕੋਈ ਭੈੜਾ ਬੋਲਦਾ ਵੀ ਹੈ ਤੁਸੀਂ ਨਾ ਅੱਗੋਂ ਰਿਐਕਟ ਕਰੋ। ਤੁਸੀਂ ਦੇਖ ਲਓ ਵੀ 24 ਘੰਟੇ ਹੁੰਦੇ ਆ ਦਿਨ ਰਾਤ 'ਚ, ਮੈਂ 2-3 ਘੰਟੇ ਸੱਤਾਂ, 2 ਮਹੀਨੇ ਲੱਗਦਾ ਤਕਰੀਬਨ ਅਬਾਊਟ ਕੀਤਾ, ਅਤੇ ਰਾਤ ਦਿਨ ਇੱਕ ਕੀਤਾ। ਵਾਕਿਆ ਜੇ ਕੋਈ ਹੋਰ ਹੁੰਦਾ ਹਫ਼ਤੇ ਕੁ ਬਾਅਦ ਭੱਜ ਜਾਂਦਾ, ਲੇਕਿਨ ਸ਼ੁਕਰ ਆ ਮਾਲਕ ਦਾ ਕਿ ਮੈਂ ਲੱਗਾ ਰਿਹਾ ਅਤੇ ਬਸ ਇਸ ਤਰ੍ਹਾਂ ਚੱਲੀ ਜਾ ਰਿਹਾ। ਉਦੋਂ ਵੀ ਮੈਂ ਮੁਹੱਬਤ ਦੀ ਗੱਲ ਕਰਦਾ ਸੀ, ਹਾਲਾਂਕਿ ਪੋਲੀਟਿਕਸ ਵਿੱਚ ਇਹ ਬਹੁਤ ਜ਼ਿਆਦਾ ਸੂਫੀਜ਼ਮ ਲਈ ਜਗ੍ਹਾ ਨਹੀਂ ਹੈ, ਪਿਆਰ ਲਈ ਜਗ੍ਹਾ ਲਈ ਨਹੀਂ ਹੈ। ਇੱਥੇ ਤਾਨੇਬਾਜ਼ੀ, ਇਲਜ਼ਾਮ ਗੋਈ, ਗਾਲੀ ਗਲੋਚ ਤੱਕ ਜਾਂਦੇ ਨੇ ਲੋਕ, ਲੇਕਿਨ ਮੈਨੂੰ ਮੇਰੇ ਜੋ ਸਤਿਗੁਰਾਂ ਸਿਖਾਇਆ, ਮੇਰੇ ਮੁਰਸ਼ਦ ਪਾਕ, ਮੇਰੇ ਬਾਬਾ ਜੀ ਨੇ, ਉਹਨਾਂ ਨੇ ਕਿਹਾ ਬੇਟਾ ਸਿਰਫ ਪਿਆਰ ਕਰੋ, ਕਦੀ ਜੇ ਕੋਈ ਭੈੜਾ ਬੋਲਦਾ ਵੀ ਹੈ ਤੁਸੀਂ ਨਾ ਅੱਗੋਂ ਰਿਐਕਟ ਕਰੋ। ਕਿ ਜਿੱਦਾਂ ਦਾ ਸਟਰਗਲ ਤੁਸੀਂ ਇਲੈਕਸ਼ਨ ਟਾਈਮ 'ਚ ਫੇਸ ਕੀਤਾ, ਜਿੱਦਾਂ ਦਾ ਸਮਾਂ ਤੁਸੀਂ ਦੇਖਿਆ, ਕੋਈ ਹੋਰ ਹੁੰਦਾ ਤਾਂ ਡੋਲ ਜਾਂਦਾ, ਕੋਈ ਹੋਰ ਹੁੰਦਾ ਤਾਂ ਸ਼ਾਇਦ ਉਹ ਹਾਰ ਜਾਂਦਾ, ਪਰ ਤੁਹਾਡੇ 'ਚ ਇੱਕ ਜਜ਼ਬਾ, ਇੱਕ ਜਨੂਨ, ਇੱਕ ਆਪਣੇ ਕੰਮ ਨੂੰ ਲੈ ਕੇ ਸ਼ਿੱਦਤ,
ਇੱਕ ਮਿਹਨਤ, ਰਿਜ਼ਲਟ ਜੋ ਮਰਜ਼ੀ ਨਿਕਲਿਆ ਸਾਨੂੰ ਉਹਦੇ ਨਾਲ ਕੋਈ ਮਾਕਤਾ ਨਹੀਂ, ਉਹ ਲੋਕਾਂ ਦੀ ਜਾਂ ਰੱਬ ਦੀ ਹੈ ਨਾ ਰਜ਼ਾ ਹੋ ਸਕਦੀ ਹੈ। ਬਟ ਤੁਹਾਡੇ ਅੰਦਰ ਇਹ ਹਿੰਮਤ ਕਿਵੇਂ ਆਉਂਦੀ ਹੈ ਜਦੋਂ ਤੁਸੀਂ ਕਿਸੇ ਦੀ ਵੀ ਨਾ ਨੂੰ ਤੁਸੀਂ ਐਕਸੈਪਟ ਕਰ ਲੈਂਦੇ ਹੋ ਕਿ ਨਹੀਂ ਰਾਜ਼ੀ ਤਾਂ ਨਹੀਂ ਰਾਜ਼ੀ, ਮੈਂ ਐਕਸੈਪਟ ਕਰਦਾ। ਅੱਜ ਦੇ ਸਮੇਂ ਵਿੱਚ ਇਹੀ ਕਰਨਾ ਬਹੁਤ ਔਖਾ ਹੈ। ਬਸ ਇਹ ਹੈ ਜੀ ਕਿ ਨੇਚਰ ਆ ਅਲੱਗ ਅਲੱਗ ਲੋਕਾਂ ਦੀ। ਮੈਂ ਕਹਿੰਦਾ ਜੇ ਕੰਮ ਪੈ ਜਾਵੇ ਨਾ ਤੁਹਾਡੇ 'ਤੇ ਅਤੇ ਫਿਰ ਉਹਨੂੰ ਰੂਹ ਨਾ ਕਰੋ, ਫਿਰ ਨੀਂਦ ਅਤੇ ਆਰਾਮ ਨਾਲ ਦੁਸ਼ਮਣੀ ਪਾ ਲਓ, ਸੂਰਜ ਨਾਲ ਸ਼ਰਤ ਲਾ ਲਓ। ਤੁਸੀਂ ਦੇਖ ਲਓ ਵੀ 24 ਘੰਟੇ ਹੁੰਦੇ ਆ ਦਿਨ ਰਾਤ 'ਚ, ਮੈਂ 2-3 ਘੰਟੇ ਸੱਤਾਂ, 2 ਮਹੀਨੇ ਲੱਗਦਾ ਤਕਰੀਬਨ ਅਬਾਊਟ ਕੀਤਾ ਅਤੇ ਰਾਤ ਦਿਨ ਇੱਕ ਕੀਤਾ। ਵਾਕਿਆ ਜੇ ਕੋਈ ਹੋਰ ਹੁੰਦਾ ਹਫ਼ਤੇ ਕੁ ਬਾਅਦ ਭੱਜ ਜਾਂਦਾ, ਲੇਕਿਨ ਸ਼ੁਕਰ ਆ ਮਾਲਕ ਦਾ ਕਿ ਮੈਂ ਲੱਗਾ ਰਿਹਾ ਅਤੇ ਬਸ ਇਸ ਤਰ੍ਹਾਂ ਚੱਲੀ ਜਾ ਰਿਹਾ। ਉਦੋਂ ਵੀ ਮੈਂ ਮੁਹੱਬਤ ਦੀ ਗੱਲ ਕਰਦਾ ਸੀ, ਹਾਲਾਂਕਿ ਪੋਲੀਟਿਕਸ ਵਿੱਚ ਇਹ ਬਹੁਤ ਜ਼ਿਆਦਾ ਸੂਫੀਜ਼ਮ ਲਈ ਜਗ੍ਹਾ ਨਹੀਂ ਹੈ, ਪਿਆਰ ਲਈ ਜਗ੍ਹਾ ਲਈ ਨਹੀਂ ਹੈ। ਇੱਥੇ ਤਾਨੇਬਾਜ਼ੀ, ਇਲਜ਼ਾਮ ਗੋਈ, ਗਾਲੀ ਗਲੋਚ ਤੱਕ ਜਾਂਦੇ ਨੇ ਲੋਕ, ਲੇਕਿਨ ਮੈਨੂੰ ਮੇਰੇ ਜੋ ਸਤਿਗੁਰਾਂ ਸਿਖਾਇਆ, ਮੇਰੇ ਮੁਰਸ਼ਦ ਪਾਕ, ਮੇਰੇ ਬਾਬਾ ਜੀ ਨੇ, ਉਹਨਾਂ ਨੇ ਕਿਹਾ ਬੇਟਾ ਸਿਰਫ ਪਿਆਰ ਕਰੋ, ਕਦੀ ਜੇ ਕੋਈ ਭੈੜਾ ਬੋਲਦਾ ਵੀ ਹੈ ਤੁਸੀਂ ਨਾ ਅੱਗੋਂ ਰਿਐਕਟ ਕਰੋ।